ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਾਨਕ ਕਿਚਨ ਵਲੌਗ। ਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਲਈ ਜੀ, ਉਹ ਹੈਗੀ ਹੈ ਜੀ ਆਟੇ ਤੇ ਖੋਏ ਦੀ ਬਰਫੀ, ਜਿਹੜੀ ਕਿ ਅਸੀਂ ਘਰ 'ਚ ਬੜੇ ਹੀ ਥੋੜ੍ਹੇ ਜਿਹੇ ਸਮਾਨ ਤੋਂ ਤਿਆਰ ਕਰ ਸਕਦੇ ਹਾਂ। ਸੋ ਅਤੇ ਅਸੀਂ ਘਰ 'ਚ ਹੀ ਜਿਹੜੇ ਥੋੜ੍ਹੇ ਜਿਹੇ ਸਮਾਨ ਤੋਂ ਤਿਆਰ ਕਰ ਸਕਦੇ ਹਾਂ। ਜਿੰਨੀ ਵੀ ਆਪਾਂ ਬਾਜ਼ਾਰ ਤੋਂ ਮਠਿਆਈ ਲਿਆਉਂਦੀ ਹਾਂ, ਤਕਰੀਬਨ ਸਾਰੀ ਡੁਪਲੀਕੇਟ ਹੀ ਹੁੰਦੀ, ਕਿਉਂਕਿ ਖੋਆ ਤਾਂ ਆ ਨਹੀਂ ਰਿਹਾ ਅਸਲੀ। ਅਤੇ ਇਹ ਖੋਆ ਜਿਹੜਾ ਅਸੀਂ ਮਾਵਾ ਜਿਹਨੂੰ ਬੋਲਦੇ ਜੇ ਹਿੰਦੀ 'ਚ, ਤੁਸੀਂ ਅਸੀਂ ਇਹਨੂੰ ਪੰਜਾਬੀ 'ਚ ਖੋਆ ਹੀ ਬੋਲਦੇ ਹਾਂ। ਇਹ ਅਸੀਂ ਘਰੇ ਬਣਾਇਆ ਹੋਇਆ, ਇਹਦੀ ਵੀਡੀਓ ਆਪਾਂ ਅਪਲੋਡ ਕੀਤੀ ਹੋਈ ਆ। ਸੋ ਇਹ ਲਿਆ ਅਸੀਂ ਖੋਆ, ਇਹ ਲਿਆ ਆਟਾ। ਸਾਰੀਆਂ ਚੀਜ਼ਾਂ ਤੁਸੀਂ ਬਰਾਬਰ ਲੈ ਸਕਦੇ ਜੇ ਖੰਡ, ਇੱਧਰ ਲਈ ਹੈ ਬੂਰਾ ਖੰਡ, ਇੱਧਰ ਲਿਆ ਖੋਆ, ਇੱਧਰ ਲਿਆ ਮੈਂ ਆਟਾ, ਅਤੇ ਘਿਓ ਆਪਾਂ ਨਾਲ ਨਾਲ ਹੀ ਪਾਵਾਂਗੇ, ਜਿੰਨਾ ਕਿ ਜਿਹਦੇ 'ਚ ਕਿ ਆਟਾ ਭੁੱਜੇ, ਅਤੇ ਨਾਲ ਅਸੀਂ ਲਿਆ ਨਾਰੀਅਲ ਦਾ ਬੂਰਾ। ਬਾਕੀ ਇੰਨੀਆਂ ਚੀਜ਼ਾਂ ਬਹੁਤ ਇਹਦੇ 'ਚ। ਵੈਸੇ ਜੇ ਤੁਸੀਂ ਡਰਾਈ ਫਰੂਟਸ ਪਾਉਣਾ ਚਾਹੁੰਦੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਗ੍ਰਾਇੰਡ ਕਰ ਲਓ, ਜਿਹੜੇ ਜਿਹੜੇ ਤੁਸੀਂ ਪਾਉਣੇ ਆ, ਅਤੇ ਫਿਰ ਤੁਸੀਂ ਪਾ ਸਕਦੇ। ਪਰ ਆਪਾਂ ਥੋੜ੍ਹੇ ਜਿਹੇ ਸਮਾਨ ਤੋਂ ਜਿਹੜਾ ਅੱਜ ਬਣਾ ਰੱਖਦੇ ਹਾਂ, ਆਟੇ ਅਤੇ ਖੋਏ ਦੀ ਬਰਫੀ। ਲਓ ਜੀ, ਇੱਧਰ ਅਸੀਂ ਕੜਾਹੀ ਰੱਖ ਲਈ, ਅਤੇ ਕੜਾਹੀ ਦੇ ਵਿੱਚ ਪਾਵਾਂਗੇ ਦੇਸੀ ਘਿਓ, ਕਿਉਂਕਿ ਦੇਸੀ ਘਿਓ 'ਚ ਹੀ ਬਣਾਇਓ, ਰਿਫਾਈਂਡ ਜਾਂ ਡਾਲਡੇ ਡੁਲਡੇ 'ਚ ਨਾ ਬਣਾਇਓ, ਸਵਾਦ ਨਹੀਂ ਲੱਗਦੀ। ਜੋ ਦੇਸੀ ਘਿਓ ਦਾ ਮਜ਼ਾ ਆ ਨਾ, ਉਹ ਤਾਂ ਫਿਰ ਹੋਰ ਕਿਸੇ ਚੀਜ਼ 'ਚ ਹੈ ਹੀ ਨਹੀਂ ਆ। ਅਤੇ ਘਿਓ ਮੈਂ ਪਹਿਲਾਂ ਹੀ ਗਰਮ ਕਰ ਲਿਆ ਸੀ, ਤੁਹਾਨੂੰ ਪਤਾ ਠੰਡ ਬੜੀ ਆ, ਤਾਂ ਫਿਰ ਜਿਹੜਾ ਪਹਿਲਾਂ ਮੈਲਟ ਕਰ ਲਿਆ ਸੀ ਘਿਓ ਹੋ ਗਿਆ ਗਰਮ। ਹੁਣ ਆਪਾਂ ਇਹਦੇ 'ਚ ਆਟਾ ਪਾ ਦਾਂਗੇ, ਅਤੇ ਆਟੇ ਨੂੰ ਅਸੀਂ ਜਿਹੜਾ ਆ ਚੰਗੀ ਤਰ੍ਹਾਂ ਭੁੰਨਣਾ ਆ, ਕਿਉਂਕਿ ਆਟਾ ਕੱਚਾ ਨਾ ਰਹਿ ਜਾਵੇ। ਜੇ ਕੱਚਾ ਰਹਿ ਗਿਆ ਫਿਰ ਜਿਹੜੀ ਆ ਇਹਦੀ ਬਰਫੀ ਸਵਾਦ ਨਹੀਂ ਲੱਗਦੀ। ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਕਰ ਲਾਂਗੇ, ਇਹ ਢੇਲੀਆਂ ਜਿਹੜੀਆਂ ਬਣ ਗਈਆਂ, ਜਦੋਂ ਇਹ ਪੱਕਣਾ ਸ਼ੁਰੂ ਹੋ ਗਿਆ ਫਿਰ ਇਹਦੀਆਂ ਕਾਫੀ ਘੱਟ ਚੜੀਆਂ ਹੈ, ਸੋਰੀ ਤੇਲ ਇਹਨੇ ਛੱਡ ਜਾਣਾ, ਘਿਓ ਛੱਡ ਜਾਣਾ ਆ। ਮੇਰਾ ਗਲਾ ਬੜਾ ਖਰਾਬ ਹੋਇਆ, ਮੈਨੂੰ ਜ਼ੁਕਾਮ ਬੜਾ ਹੋਇਆ, ਤਾਂ ਕਰਕੇ ਆਵਾਜ਼ ਤਾਂ ਚਲੋ ਮੇਰੀ ਪਹਿਲਾਂ ਵੀ ਨਹੀਂ ਚੰਗੀ, ਪਰ ਅੱਜ ਤਾਂ ਬਹੁਤੀ ਬੁਰੀ ਹਾਲਤ ਹੋਈ ਪਈ ਆ, ਸਾਹ ਨਹੀਂ ਆਉਂਦਾ ਪਿਆ। ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਹਿਲਾਉਂਦੇ ਭੁੰਨ ਲਾਂਗੇ ਆਟੇ ਨੂੰ। ਆਪਾਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ 'ਚ ਉਹ ਜਿਹੜੀ ਆ ਭੁੱਜਣ ਦੀ ਫ੍ਰੈਗਰੈਂਸ ਨਹੀਂ ਆਉਂਦੀ, ਖੁਸ਼ਬੂ ਜਦੋਂ ਆਟਾ ਭੁੱਜ ਜਾਂਦਾ ਉਹਦੀ ਆਪਣੀ ਆਪ ਇੱਕ ਬੜੀ ਮਤਲਬ ਕਿ ਵਧੀਆ ਜੀ ਇਹ 'ਚੋਂ ਨਾ ਇਹਦੀ ਆਉਣ ਲੱਗ ਜਾਂਦੀ ਆ, ਖੁਸ਼ਬੂ ਆਉਣ ਲੱਗ ਜਾਂਦੀ ਆ। ਉਦੋਂ ਤੱਕ ਅਸੀਂ ਇਹਨੂੰ ਭੁੰਨਣਾ ਆ, ਬਸ ਇਹਨੂੰ ਹਿਲਾਉਂਦੇ ਜਾਓ। ਦੇਖੋ ਮੈਂ ਇਹ ਤੇਲ ਸੋਰੀ ਘਿਓ ਮੈਂ ਜ਼ਿਆਦਾ ਨਹੀਂ ਪਾਇਆ, 2 ਕੜਛੀਆਂ ਹੀ ਪਾਈਆਂ, ਅਤੇ ਉਹਦੇ 'ਚ ਜਿਹੜਾ ਇਹ ਆਟਾ ਭੁੱਜ ਜਾਣਾ ਹੈ, ਬਸ ਹਿਲਾਉਂਦੇ ਜਾਓ ਇਹਨੂੰ। ਬਸ ਥੋੜ੍ਹੀ ਥੋੜ੍ਹੀ ਇਹ 'ਚੋਂ ਜਿਹੜੀ ਆ ਭੁੱਜਣ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਆ, ਪਰ ਆਪਾਂ ਕਲਰ ਵੀ ਇਹਦਾ ਤੁਸੀਂ ਦੇਖ ਸਕਦੇ ਕਾਫੀ ਚੇਂਜ ਹੋ ਗਿਆ, ਪਰ ਫਿਰ ਹਜੇ ਥੋੜ੍ਹੀ ਦੇਰ ਹੋਰ ਇਹਨੂੰ ਪਕਾ ਲਾਂਗੇ ਅਸੀਂ, ਭੁੰਨ ਲਾਂਗੇ। ਜਿੰਨੀ ਵੀ ਬਾਜ਼ਾਰ ਦੇ ਵਿੱਚ ਮਠਿਆਈ ਆ ਨਾ, ਤਕਰੀਬਨ ਮੈਂ ਥੋੜ੍ਹਾ ਸਿਮ 'ਤੇ ਕਰਤਾ ਕਿਉਂਕਿ ਜ਼ਿਆਦਾ ਲੱਗਣ ਡਿਆ ਸੇਕ, ਸਾਰੀ ਤਕਰੀਬਨ ਜਿਹੜੀ ਆ ਡੁਪਲੀਕੇਟ ਹੀ ਖੋਆ ਆ ਰਿਹਾ ਜੀ। ਮੱਝਾਂ ਦੇ ਲੋਕਾਂ ਦੇ ਘਰ 'ਚ ਹੈ ਨਹੀਂ ਆ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਪਿੰਡਾਂ 'ਚ ਵਾਲਿਆਂ ਨੇ ਪਹਿਲਾਂ ਪਿੰਡਾਂ 'ਚ, ਸ਼ਹਿਰਾਂ 'ਚ ਵੀ ਹੁੰਦੀਆਂ ਸੀ, ਹੁਣ ਤਾਂ ਪਿੰਡ 'ਚ ਨਹੀਂ ਮੱਝਾਂ ਹੈਗੀਆਂ, ਜਿੰਨਾ ਕੋਲ 10-10 ਹੁੰਦੀਆਂ ਸੀ ਉਹਨਾਂ ਕੋਲ ਇੱਕ ਵੀ ਨਹੀਂ ਹੈਗੀ। ਸੋ ਇਹ ਹੈ ਕਿ ਖੋਆ ਤਾਂ ਸਾਰਾ ਤਕਰੀਬਨ ਡੁਪਲੀਕੇਟ ਹੀ, ਜੇ ਕੋਈ ਹੋਏਗੀ ਸ਼ੋਪ ਜਿੱਥੇ ਹੋਊਗਾ, ਜਾਂ ਸੁੱਕੇ ਦੁੱਧ ਤੋਂ ਬਣਦਾ ਪਿਆ। ਅਤੇ ਸੋ ਤੁਸੀਂ ਜਿਹੜਾ ਘਰ ਆਪਣਾ ਬਣਾ ਸਕਦੇ ਜੇ, ਖੋਆ ਵੀ ਘਰ ਬਣਾ ਸਕਦੇ ਜੇ, ਹਰ ਚੀਜ਼ ਜਿਹੜੀ ਘਰ ਬਣਾਓ। ਸਿਆਲ 'ਚ ਤਾਂ ਵੈਸੇ ਹੀ ਤੁਹਾਨੂੰ ਪਤਾ ਉੱਤਰੇ ਹੀ ਗਲੇ ਗਲੇ ਖਰਾਬ ਰਹਿੰਦੇ ਆ, ਸੋ ਘਰ 'ਚ ਬਣਾਓ ਤਾਂ ਵਧੀਆ ਰਹਿੰਦੀ ਚੀਜ਼। ਅਤੇ ਅਸੀਂ ਤਾਂ ਬਹੁਤ ਘੱਟ ਮਠਿਆਈ ਲਿਆਉਂਦੇ ਬਾਜ਼ਾਰ ਤੋਂ, ਬਹੁਤ ਹੀ ਘੱਟ। ਜੇ ਕਿਤੇ ਐਮਰਜੈਂਸੀ 'ਚ ਘਰ ਕੋਈ ਨਈ ਚੀਜ਼ ਹੈਗੀ, ਕੋਈ ਗੈਸਟ ਆ ਗਿਆ ਫੇਰ ਆ ਕਿ ਚਲੋ ਲੈ ਆਈਏ ਬਾਜ਼ਾਰੋਂ, ਨਹੀਂ ਤਾਂ ਤਕਰੀਬਨ ਘਰ ਹੀ ਬਣਾਉਂਦੇ ਹਾਂ, ਬਾਜ਼ਾਰ ਦੀ ਮਠਿਆਈ ਖਾਧੀ ਵੀ ਨਹੀਂ ਜੇ ਜਾਂਦੀ। ਅਸੀਂ ਜੇ ਕਿਤੇ ਆ ਵੀ ਜਾਏ, ਵੈਸੇ ਤਾਂ ਮੈਂ ਪ੍ਰੈਫਰ ਕਰਦੀ ਹਾਂ ਕਿ ਜੇ ਕਿਸੇ ਦੇ ਘਰੋਂ ਵਿਆਹ ਦਾ ਕੁਛ ਆਉਣਾ ਤਾਂ ਮੱਠੀਆਂ ਹੀ ਆ ਜਾਣ, ਮੱਠੀਆਂ ਤਾਂ ਬੰਦਾ ਫਿਰ ਵੀ ਖਾ ਲੂਗਾ, ਮਠਿਆਈ ਤਾਂ ਆਵੇ ਨਾ ਤਾਂ ਚੰਗੀ ਗੱਲ ਆ। ਜੀ ਆਟਾ ਸਾਡਾ ਗਿਆ ਭੁੱਜ,
लो जी आटा साडा जिहड़ा है बिल्कुल भुज गया है। हुण आपां इहदे विच जिहड़ा है खोआ रख्या उह पा देंगे। इहनूं चंगी तरह आपां विच मिक्स कर लांगे। खोआ जिहड़ा आ फ्रिज विच रख्या सी असीं बना के ते उह थोड़ा हार्ड हो गया। इहनूं हुणे जिहड़ा हौली हौली मेल्ट हो जाणा घिओ दे नाल आटे दे नाल। ਇਹਨੂੰ ਆਪਾਂ ਚੰਗੀ ਤਰ੍ਹਾਂ ਚ ਮਿਕਸ ਕਰ ਲਾਂਗੇ ਆਟੇ 'ਚ ਖੋਏ ਨੂੰ। ਇਸ ਤਰ੍ਹਾਂ ਕਿ ਜੇ ਤੁਸੀਂ ਜ਼ਿਆਦਾ ਖੋਆ ਖਾਣਾ ਚਾਹੁੰਦੇ ਤਾਂ ਤੁਸੀਂ ਜਿਹੜਾ ਖੋਆ ਜਿਹੜਾ ਜਿੱਦਾਂ ਕਈਆਂ ਨੂੰ ਖੋਆ ਬਹੁਤ ਜ਼ਿਆਦਾ ਪਸੰਦ ਹੁੰਦਾ ਪਰ ਉਹ ਹੈਵੀ ਬੜਾ ਹੋ ਜਾਂਦਾ ਫਿਰ ਉਹ ਵੀ ਅਤੇ ਤੁਸੀਂ ਜਿਹੜਾ ਆ ਖੋਆ ਵੱਧ ਵੀ ਪਾ ਸਕਦੇ ਜੇ। ਮੈਂ ਤਾਂ ਵੈਸੇ ਬਰਾਬਰ ਲਿਆ ਬਰਾਬਰ ਹੀ ਉਨਾ ਹੀ ਆਟਾ ਉਨਾ ਹੀ ਖੋਆ ਔਰ ਤੁਸੀਂ ਜਿਹੜਾ ਖੋਆ ਵੱਧ ਵੀ ਕਰ ਸਕਦੇ ਜੇ। ਜੀ ਨਾਲ ਹੀ ਹੁਣ ਆਪਾਂ ਇਹਦੇ ਜਿਹੜੀ ਖੰਡ ਪਾ ਦਾਂਗੇ ਖੰਡ ਵੀ ਮੈਂ ਥੋੜ੍ਹੀ ਜਿਹੀ ਬਚਾ ਲਈ ਆ ਜਿਵੇਂ ਕਿ ਅਸੀਂ ਘੱਟ ਮਿੱਠਾ ਖਾਂਦੇ ਹਾਂ ਉਹਦੇ ਕਰਕੇ ਮੈਂ ਥੋੜ੍ਹੀ ਜਿਹੀ ਘੱਟ ਕਰ ਲਈ ਆ ਕਿਉਂਕਿ ਇੰਨਾ ਮਿੱਠਾ ਨਹੀਂ ਸਾਡੇ ਕੋਲ ਜ਼ਿਆਦਾ ਮਿੱਠਾ ਨਹੀਂ ਖਾਂਦਾ। ਵੈਸੇ ਤਾਂ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਹੀ ਲੈ ਲਓ ਤੁਸੀਂ। ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਘਿਓ ਹੋਰ ਐਡ ਕਰਨ ਲੱਗੀ ਕਿਉਂਕਿ ਥੋੜ੍ਹੀ ਜਿਹੀ ਮੈਨੂੰ ਡਰਾਈ ਵੀ ਲੱਗਦੀ ਸੀ। ਨਾਲ ਹੀ ਪਾ ਦਾਂਗੇ ਆਪਾਂ ਨਾਰੀਅਲ ਦਾ ਬੂਰਾ। ਸਾਰੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਸਾਰਾ ਮਟੀਰੀਅਲ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲਓ। ਸਾਰਾ ਮਿਕਸ ਕਰ ਲਿਆ ਮਟੀਰੀਅਲ ਅਤੇ ਮੈਂ ਕੜਛੀ ਜਿਹੜੀ ਘਿਓ ਦੀ ਹੋਰ ਪਾਈ ਸੀ ਸੋ ਹੁਣ ਆਪਾਂ ਕਰਦੇ ਹਾਂ ਗੈਸ ਬੰਦ। ਇੱਧਰ ਲੈ ਲਈ ਅਸੀਂ ਇੱਕ ਟਰੇ ਇਹਨੂੰ ਆਪਾਂ ਟਰੇ ਨੂੰ ਥੋੜ੍ਹਾ ਜਿਹਾ ਗਰੀਸ ਕਰ ਲਾਂਗੇ ਦੇਸੀ ਘਿਓ ਨਾਲ। ਇਹਦੇ ਨਾਲ ਇਹ ਹੈ ਕਿ ਨਿਕਲ ਜਾਂਦੀ ਛੇਤੀ ਕਈ ਵਾਰ ਜੇ ਜੰਮ ਜਾਏ। ਹੁਣ ਸਾਰਾ ਮਟੀਰੀਅਲ ਇਹਦੇ ਵਿੱਚ ਪਾ ਦਾਂਗੇ। ਇਹਨੂੰ ਐਜ ਏ ਪੰਜੀਰੀ ਵੀ ਤੁਸੀਂ ਰੱਖ ਸਕਦੇ ਜੇ ਕਿਉਂਕਿ ਮੈਂ ਘਿਓ ਜਿਹੜਾ ਘੱਟ 'ਚ ਬਣਾਈ ਆ ਤਾਂ ਕਰਕੇ ਪੰਜੀਰੀ ਟਾਈਪ ਲੱਗਣ ਡੀ ਆ। ਪਰ ਤੁਹਾਨੂੰ ਪਤਾ ਕਿ ਬੱਚੇ ਜਿਹੜਾ ਆ ਬਰਫੀ ਖਾਣਾ ਜ਼ਿਆਦਾ ਪਸੰਦ ਕਰਦੇ ਆ ਸੋ ਮੈਂ ਜਿਹੜੀ ਹੈਗੀਆਂ ਇਹਨੂੰ ਅਸੀਂ ਜਿਹੜਾ ਇਸ ਤਰ੍ਹਾਂ ਪ੍ਰੈਸ ਕਰਕੇ ਇਹਦੇ ਪੀਸ ਕੱਟ ਦੇਣੇ ਠੰਡੇ ਹੋਣ 'ਤੇ ਇਹਦੇ ਜਿਹੜੇ ਬੜੇ ਵਧੀਆ ਪੀਸ ਬਣ ਜਾਣੇ ਆ। ਸੋ ਆਟੇ ਦੀ ਬਰਫੀ ਵੀ ਜਿਹੜੀ ਕਈ ਤਰੀਕਿਆਂ ਨਾਲ ਬਣਦੀ ਆ ਚਾਣੀ ਕਰਕੇ ਵਿੱਚ ਖੰਡ ਪਾਉਂਦੇ ਆ ਹੋਰ ਵੀ ਕਈ ਤਰੀਕੇ ਆ। ਸੋ ਇਹ ਜਿਹੜਾ ਸਾਡਾ ਥੋੜ੍ਹਾ ਡਿਫਰੈਂਟ ਆ ਚੰਗੀ ਤਰ੍ਹਾਂ ਪ੍ਰੈਸ ਕਰ ਦਿਓ। ਜਦੋਂ ਇਹ ਠੰਡਾ ਹੋ ਗਿਆ ਸਾਰਾ ਮਟੀਰੀਅਲ ਨੇ ਪੂਰਾ ਚੰਗੀ ਤਰ੍ਹਾਂ ਜਿਹੜਾ ਜੰਮ ਜਾਣਾ ਹੱਥਾਂ ਨਾਲ ਪ੍ਰੈਸ ਕਰ ਦਿੰਦੇ ਹਾਂ। ਇਹਦੇ ਉੱਪਰ ਆਪਾਂ ਥੋੜ੍ਹੇ ਥੋੜ੍ਹੇ ਇਸ ਤਰ੍ਹਾਂ ਬਦਾਮ ਲਾ ਦਿੰਦੇ ਹਾਂ ਕੱਟੇ ਹੋਏ। ਲਓ ਜੀ ਆਪਾਂ ਮਾੜੇ ਮਾੜੇ ਇਸ ਤਰ੍ਹਾਂ ਬਦਾਮ ਲਾਤੇ ਆ ਥੋੜ੍ਹੇ ਜਿਹੇ ਨਿਸ਼ਾਨ ਲਾ ਲਾਂਗੇ ਫਿਰ ਇੱਥੋਂ ਇਹ ਹੈ ਕਿ ਕੱਟਣੀ ਸੌਖੀ ਹੋ ਜਾਂਦੀ। ਪੀਸ ਆਪਣੇ ਹਿਸਾਬ ਨਾਲ ਕਰ ਲਓ ਜਿੱਡੇ ਜਿੱਡੇ ਤੁਸੀਂ ਕਰਨੇ ਆ ਅਤੇ ਬਾਅਦ 'ਚ ਆਪਾਂ ਠੰਡੀ ਹੋਣ 'ਤੇ ਫਿਰ ਕੱਟਾਂਗੇ ਇਹਨੂੰ। ਇਹ ਬਸ ਮੈਂ ਉੱਤਰੇ ਹੀ ਨਿਸ਼ਾਨੀਆਂ ਲਈਆਂ ਥੋੜ੍ਹੀਆਂ ਜਿਹੀਆਂ ਕਿ ਐਡੇ ਐਡੇ ਕੱਟਣੇ ਆ। ਥੋੜ੍ਹੇ ਜਿਹੇ ਬਦਾਮ ਹੱਥਾਂ ਨਾਲ ਇੱਥੇ ਪ੍ਰੈਸ ਕਰ ਦਿਓ ਵਿੱਚ ਲਓ ਜੀ। ਹੁਣ ਆਪਾਂ ਇਹਨੂੰ ਜਦੋਂ ਠੰਡੀ ਹੋਏਗੀ ਫਿਰ ਇਹਦੇ ਪੀਸ ਕੱਟਾਂਗੇ। ਲਓ ਜੀ ਆਪਾਂ ਬਰਫੀ ਦੇ ਪੀਸ ਕੱਟ ਲਏ ਨੇ ਥੋੜ੍ਹੀ ਜਿਹੀ ਨਾ ਬਣੀ ਆ ਮਤਲਬ ਕਿ ਭੁਰਭਰੀ ਜੀ ਕਿਉਂਕਿ ਘਿਓ ਮੈਂ ਘੱਟ ਪਾਇਆ ਸੀ ਘਿਓ ਜ਼ਿਆਦਾ ਨਹੀਂ ਪਾਇਆ ਪਰ ਫਿਰ ਵੀ ਚਲੋ ਪੀਸ ਬਣ ਗਏ ਇਹਦੇ ਟੁੱਟਦੇ ਜਾ ਰਹੇ ਆ ਪੀਸ ਜਿਹੜੇ ਬਣਾਏ ਮੈਂ
ਤੇ ਬਾਕੀ ਇਹ ਕਿ ਦੋ ਤਿੰਨ ਚੀਜ਼ਾਂ ਤੋਂ ਆਪਾਂ ਬਣਾਈਆਂ ਸੋ ਤੁਸੀਂ ਜਿਹੜੀ ਆ ਘਰ 'ਚ ਆਸਾਨੀ ਨਾਲ ਬਣਾ ਸਕਦੇ ਜੇ ਇਹ ਐਕਚੁਅਲੀ ਘਰ ਬਣਾਈਆਂ ਵੀ ਜ਼ਿਆਦਾ ਪਾ ਸਕਦੇ ਘਿਓ ਮੈਂ ਆਪ ਫਿਰ ਤੁਹਾਨੂੰ ਪਤਾ ਕਿ ਘਿਓ ਜ਼ਿਆਦਾ ਨਹੀਂ ਠੀਕ ਹੈਗਾ ਨਾ ਨਹੀਂ ਜਿਨ੍ਹਾਂ ਨੂੰ ਮਤਲਬ ਨਹੀਂ ਘਿਓ ਜ਼ਿਆਦਾ ਮੈਂ ਤਾਂ ਪਹਿਲਾਂ ਹੀ ਉਹ ਵੀਡੀਓ 'ਚ ਬੋਲਿਆ ਹੋਇਆ ਕਿ ਬਰਾਬਰ ਦੇ ਵਿੱਚ ਸਾਰੀਆਂ ਚੀਜ਼ਾਂ ਲਿਓ ਬਰਾਬਰ ਹੀ ਜਿੰਨਾ ਆਟਾ ਲੈਣਾ ਓਨਾ ਹੀ ਚੀਨੀ ਓਨਾ ਹੀ ਘਿਓ ਅਤੇ ਓਨੀ ਜਿਹੜੀ ਆ ਖੰਡ ਖੋਆ ਲੈਣਾ ਆ ਖੋਇਆ ਲੈਣਾ ਆ ਸੋ ਇਹ ਆ ਕਿ ਬਾਜ਼ਾਰ ਦੇ ਨਾਲੋਂ ਲਿਆਉਣ ਨਾਲੋਂ ਘਰ 'ਚ ਤੁਸੀਂ ਜਿਹੜਾ ਆਸਾਨੀ ਦੇ ਨਾਲ ਬਣਾ ਸਕਦੇ ਜੇ ਖੋਆ ਘਰ 'ਚ ਹੈਗਾ ਤਾਂ ਪਿਓਰ ਚੀਜ਼ ਘਰ 'ਚ ਬਣ ਜਾਂਦੀ ਆ ਸੋ ਟਰਾਈ ਜ਼ਰੂਰ ਕਰਿਓ ਦੇਖਿਓ ਵਧੀਆ ਬਣਦੀ ਆ ਖਾਣ ਲਈ ਟੇਸਟ ਵਾਸਤੇ ਵਧੀਆ ਪਰ ਇਹਦੇ ਨਾ ਪੀਸ ਜਿਹੜੇ ਇੰਨੇ ਵਧੀਆ ਨਹੀਂ ਨਿਕਲੇ ਪੀਸ ਟੁੱਟ ਟੁੱਟ ਕੇ ਥੋੜ੍ਹੇ ਜਿਹੇ ਨਿਕਲੇ ਆ ਉਹਦਾ ਕਾਰਨ ਇਹ ਸੀ ਕਿ ਘਿਓ ਘੱਟ ਪਾਇਆ ਅਤੇ ਬਾਕੀ ਆਪਣੀ ਮਰਜ਼ੀ ਨਾਲ ਤੁਸੀਂ ਡਰਾਈ ਫਰੂਟਸ ਵਗੈਰਾ ਪਾ ਸਕਦੇ ਜੇ ਜਿਹੜੇ ਵੀ ਤੁਹਾਨੂੰ ਪਸੰਦ ਆਉਂਦਾ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਆਪਣੇ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰ ਸਕਦੇ ਜੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਸਪੋਰਟ ਦੀ ਬੜੀ ਲੋੜ ਹੈ ਮਿਲਦੇ ਹਾਂ ਜੀ ਨੈਕਸਟ ਡੇ ਕਿਸੇ ਨੈਕਸਟ ਰੈਸਪੀ ਦੇ ਨਾਲ ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓਜ਼ ਦੇਖਣ ਲਈ